ਕਦੇ ਮਾਦੀ ਕੇ ਸਮਝਦੇ ਰਹੇ ਹਾਂ ਤੇ ਹੁਣ ਅਸੀਂ ਦੇਖਿਆ ਕਿ ਨਰ ਨਿਕਲ ਆਇਆ ਇਹਦੇ ਵਿੱਚ ਨਰ ਦੀ ਨਿਸ਼ਾਨੀ ਹੈ ਜਿਹਨਾਂ ਦੇ ਜਿਹੜੇ ਪਰ ਕਰ ਰਿਹਾ ਨਾ ਪਰ ਹੈ ਥੱਲੇ ਦੇਖੇ ਸੁਰਖ ਕਲਰ ਦੇ ਪਰ ਕਿਉਂਕਿ ਇਹ ਨਰਾਂ ਦੇ ਵਿੱਚ ਹੀ ਆਉਂਦੇ ਨੇ ਮਾਦੀ ਦੇ ਵਿੱਚ ਸੁਰਖ ਪਰ ਨਹੀਂ ਆਉਂਦੇ ਇਹਦੇ ਥੱਲੇ ਸਾਰੇ ਪਰ ਜਿਹੜੇ ਨੇ ਸੁਰਖ ਹੋ ਜਾਣੇ ਨੇ ਉਹ ਮੇਨ ਮੋਰ ਦੇ ਦੇਖੇ ਨਹੀਂ ਵੱਡੇ ਦੇ ਬਲੈਕ ਉੱਥੇ ਦੇ ਜਿਹੜੇ ਸੁਰਖ ਨੇ ਸਾਰੇ ਨਰ ਦੇ ਵਿੱਚ ਇਹ ਮੇਨ ਨਿਸ਼ਾਨੀ ਹੈ ਨਰ ਦੀ ਇਹ ਨਰ ਦੇ ਵਿੱਚ ਆਉਣੇ ਹੀ ਆਉਣੇ ਹੁੰਦੇ ਨੇ ਬਾਕੀ ਮਾਦੀਆਂ ਦੇ ਵਿੱਚ ਜਿਹੜਾ ਤਾਜ ਅਕਸਰ ਲੋਕ ਆਉਂਦੇ ਨੇ ਜੀ ਤਾਜ ਮਾਦੀ ਦੇ ਹੁੰਦਾ ਨਰ ਦੇ ਨਹੀਂ ਹੁੰਦਾ ਜਾਂ ਨਰ ਦੇ ਆ ਮੈਂ ਕਿਹਾ ਨਹੀਂ ਤਾਜ ਦੂਹ ਦੇ ਹੀ ਹੁੰਦਾ ਮਾਦੀ ਦੇ ਵੀ ਹੁੰਦਾ ਨਰ ਦੇ ਵੀ ਬਾਕੀ ਨਰ ਦਾ ਮੇਨ ਜਿਹੜਾ ਤੂੰ ਦੇਖਿਆ ਵੀ ਉਹਦੇ ਸਿਰਫ ਪਰਾਂ ਦੇ ਵਿੱਚ ਫਾਇਦਾ ਮਾਦੀ ਦਾ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ ਮਾਦੀ ਦੇ ਜਿਹੜੇ ਉੱਤੇ ਆਉਂਦੇ ਨਾ ਕਮਰ ਦੇ ਉੱਤੇ ਜਿਹੜੇ ਹੁੰਦੇ ਨੇ ਉਹ ਬਿਲਕੁਲ ਰੂੰ ਵਾਂਗਣਾ ਹਲਕੇ ਆਹ 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 ਹੁਣ ਇਹਦੇ ਬਰੀਡਿੰਗ ਸੀਜ਼ਨ ਆਫ ਹੋ ਗਿਆ ਇਹਨੇ ਹੁਣ ਆਪਣੇ ਜਿਹੜੇ ਨਾ ਪੰਖੇ ਸਾਰੇ ਹੀ ਜ਼ਾਇਆ ਕਰ ਦਿੱਤੇ ਨੇ ਹੁਣ ਇਹਨੇ ਨਵੇਂ ਹੀ ਆਉਣੇ ਸ਼ੁਰੂ ਹੋਣੇ ਨੇ ਪਿਛਲੇ ਸਾਰੇ ਹੀ ਇਹਦੇ ਝੜ ਗਏ ਨੇ ਇਹ ਹੁਣ ਇਨਸ਼ਾਅੱਲਾ ਥੋੜ੍ਹੀ ਦੇਰ ਦੇ ਵਿੱਚ ਵਿੱਚ ਮੁਕੰਮਲ ਸਾਫ਼ ਹੋ ਜਾਏਗਾ ਇਹ ਬਿਲਕੁਲ ਪਤਾ ਹੀ ਨਹੀਂ ਸਿਰਫ ਕਲਰ ਤੋਂ ਪਤਾ ਚੱਲੇਗਾ ਕਿ ਅਨਾਰ ਹੈ ਬਾਕੀ ਇਹ ਮਾਦੀਆਂ ਗ੍ਰਹਿ ਦੇ ਬਿਲਕੁਲ ਸਾਫ਼ ਹੋ ਜਾਣੇ ਨੇ ਇਹ ਫਿਰ ਇਹਦੇ ਯਾਨੀ ਕਿ ਹੁਣ ਸ਼ੁਰੂ ਹੋਣਗੇ ਇੱਕ ਮਹੀਨੇ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਫਿਰ ਆਸਤਾ ਆਸਤਾ ਯਾਨੀ ਕਿ ਫਰਵਰੀ ਮਾਰਚ ਤੱਕ ਇਹਦੇ ਪੂਰੇ ਹੋ ਜਾਂਦੇ ਨੇ ਸਰਦੀਆਂ ਦੇ ਵਿੱਚ ਵਿੱਚ ਨਰ ਦਾ ਇਹ ਜੀ ਬਾਕੀ ਜਿਵੇਂ ਹੁਣ ਸੀਜ਼ਨ ਆਫ ਹੋਇਆ ਇਹਨੇ ਘੱਟ ਤੁਹਾਨੂੰ ਕਰਨਾ ਹੈ ਸੀਜ਼ਨ ਤੋਂ ਬਾਅਦ ਇਹ ਬਰੀਡਿੰਗ ਸੀਜ਼ਨ ਕਾਫੀ ਅਗਰੈਸਿਵ ਹੋ ਜਾਂਦੇ ਨੇ ਲੇਕਿਨ ਸਾਡਾ ਤਾਂ ਥੋੜ੍ਹਾ ਜਿਹਾ ਫਰੈਂਡਲੀ ਆ ਫਰੈਂਕ ਹੋਇਆ ਅਸੀਂ ਇਹਨੂੰ ਥੋੜ੍ਹਾ ਜਿਹਾ ਸ਼ੌਕ ਨਾਲ ਜ਼ਿਆਦਾ ਰੱਖਿਆ ਮੋਰ ਰੱਖਣੇ ਹਰ ਬੰਦਾ ਰੱਖਦਾ ਲੇਕਿਨ ਫੀਡ 'ਤੇ ਜਾਂ ਮੋਰਾਂ ਨੂੰ ਬੰਦ ਰੱਖਣਾ ਫਿਰ ਉਹਨਾਂ ਦੀ ਨੇਚਰ 'ਤੇ ਉਹ ਨਹੀਂ ਰਹਿੰਦੀ ਲੇਕਿਨ ਇਹ ਨੇਚਰਲ ਨੇ ਇਹਨਾਂ ਨੂੰ ਪੂਰਾ ਕੁਦਰਤੀ ਮਾਹੌਲ ਦਿੱਤਾ ਗਿਆ ਖੁੱਲ੍ਹੇ ਹੀ ਫਸਲਾਂ ਦੇ ਵਿੱਚ ਫਿਰਦੇ ਨੇ ਆਪਣੀ ਮਰਜ਼ੀ ਨਾਲ ਹੀ ਆਉਂਦੇ ਜਾਂਦੇ ਨੇ ਅਸੀਂ ਇਹਨਾਂ ਨੂੰ ਖੁਰਾਕ ਤੋਂ ਇਲਾਵਾ ਆਜ਼ਾਦੀ ਪੂਰੀ ਇਹਨਾਂ ਵਾਸਤੇ ਇਹਨਾਂ ਨੂੰ ਜੰਗਲੀ ਮਾਹੌਲ ਪੂਰਾ ਮਿਲਿਆ ਦਾ ਜਨਾਬ ਇਹ ਮੁਰਗੀ ਦੇਖ ਨੂੰ ਵੀ ਬੱਚੇ ਇਹਨਾਂ ਦੇ ਬਰੀਡ ਕਰਵਾ ਸਕਦੇ ਤੁਸੀਂ ਲੇਕਿਨ ਮੁਰਗੀ ਤੁਹਾਡੀ ਅੱਛੀ ਹੋਏ ਤੁਹਾਨੂੰ ਪਤਾ ਇੱਕ ਸਾਡੀ ਮੁਰਗੀ ਇਹ ਇੰਨੇ ਆਂਡੇ ਹੈਚ ਕਰ ਸਕਦੀ ਹੈ ਮੈਕਸੀਮਮ ਮੋਰ ਦੇ ਆਂਡੇ ਮੁਰਗੀ ਅੱਛੀ ਮੁਰਗੀ ਆ ਚਾਰ ਆਂਡੇ ਹੈਚ ਕਰ ਸਕਦੀ ਹੈ ਪੰਜ ਤੱਕ ਵੀ ਤੁਸੀਂ ਹੈਚ ਕਰਾ ਸਕਦੇ ਹੋ ਲੇਕਿਨ ਅੱਛੀ ਜਿਹੜੀ ਆ ਉਹਨਾਂ ਦੇ ਉਹਦੇ ਵਾਸਤੇ ਤੁਸੀਂ ਚਾਰ ਆਂਡੇ ਹੀ ਰੱਖ ਸਕਦੇ ਹੋ ਅਸੀਂ ਇਹ ਬੱਚਾ ਮੋਰਨੀ ਦਾ ਜਿਹੜਾ ਇਹ ਮੁਰਗੀ ਥੱਲੇ ਹੈਚ ਕਰਵਾਇਆ ਅੱਛਾ ਬੱਚਾ ਖੇਡ ਰਿਹਾ ਚਾਰ ਹੀ ਆਂਡੇ ਰੱਖੇ ਸਨ ਚਾਰ ਹੀ ਬੱਚੇ ਨਿਕਲੇ ਨੇ ਔਰ ਅਲਹਮਦੁਲਿਲਾ ਤਿੰਨ ਬੱਚੇ ਅਸੀਂ ਸੇਲ ਕਰ ਦਿੱਤੇ ਨੇ ਇੱਕ ਬੱਚਾ ਸਾਡੇ ਕੋਲ ਹੈ ਇਹ ਬੱਚਾ ਜਿਹੜਾ ਦੇਖ ਰਹੇ ਹੋ ਮੋਰ ਦਾ ਇਹ ਮੁਰਗੀ ਨਾਲ ਹੈਚ ਕਰਵਾਇਆ ਮੋਰ ਵੀ ਕੋਈ ਕੁਛ ਬੱਚੇ ਹੈਚ ਕਰਾਏ ਨੇ ਵਾਈਟ ਸ਼ੋਰਾਂ ਜੀ ਇਹਨਾਂ ਦਾ ਵੀ ਤਕਰੀਬਨ ਅਕਸਰ ਲੋਕ ਕਹਿੰਦੇ ਜੀ ਇਹਨਾਂ ਦੀ ਬਰੀਡਿੰਗ ਕਿਸ ਤਰ੍ਹਾਂ ਹੁੰਦੀ ਹੈ ਇਹ ਵਾਈਟ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਨੇ ਕੁਛ ਲੋਕ ਕਹਿੰਦੇ ਨੇ ਕਿ ਬਰਾਇਲਰ ਦੇ ਨਾਲ ਕ੍ਰਾਸ ਕਰਾ ਕੇ ਉਹ ਖੁਦਾ ਦੇ ਬੰਦੇ ਬਰਾਇਲਰ ਨਾਲ ਕ੍ਰਾਸ ਹੋ ਕੇ ਨਹੀਂ ਨਿਕਲਦੀਆਂ ਇਹ ਕੁਦਰਤ ਦੀ ਨਿਜ਼ਾਮ ਹੈ ਇਹ ਕੁਦਰਤ ਦਾ ਨਿਜ਼ਾਮ ਹੈ ਇਹ ਨਸਲ ਤਿਆਰ ਕੀਤੀ ਗਈ ਹੈ ਇਹਨਾਂ ਦੀ ਮੁਖਤਲਿਫ ਇਕਸਾਮ ਦੀਆਂ ਚਕੋਰਾਂ ਨੂੰ ਕ੍ਰਾਸ ਕਰਾ ਕੇ ਲੇਕਿਨ ਕੁਦਰਤੀ ਜਿਹੜੀਆਂ ਚਕੋਰਾਂ ਅਸਲ ਨੇ ਉਹ ਹੈ ਬਲੈਕ ਕਲਰ ਦੇ ਵਿੱਚ ਹੀ ਨੇ ਜਿਹੜੀਆਂ ਅਸਲ ਨੇ ਕੁਦਰਤੀ ਵਾਈਟ ਬਾਕੀ ਦੂਸਰੀਆਂ ਬਲੈਕ ਇਹ ਸਾਰੀਆਂ ਤੁਹਾਡੀਆਂ ਤਿਆਰ ਕੀਤੀ ਦੀਆਂ ਨਸਲਾਂ ਨੇ ਅਸਲ ਜਿਹੜੀ ਕੁਦਰਤੀ ਨੇ ਉਹ ਇਹ ਜਿਹੜੀ ਨਸਲ ਆ ਰਹੀ ਹੈ ਪਰ ਇਹ ਵਾਲੀ ਇਹ ਸਾਹਮਣਾ ਜਿਹੜਾ ਇਹ ਨਸਲ ਜੇ ਇਹ ਕੁਦਰਤੀ ਅਸਲ ਜਿਹੜੀਆਂ ਨੇ ਇਹੋ ਹੀ ਜੇ
ਦੇਖੀ ਜੀ ਪੰਖ ਹੁਣ ਬਿਲਕੁਲ ਸਾਫ਼ ਹੋ ਗਈ।